ਆਸਟ੍ਰੇਲੀਆ ਦੇ ਵਿੱਚ ਜਾਣ ਦਾ ਪਰਿਵਾਰ ਸਮੇਤ ਸਭ ਤੋਂ ਸੌਖਾ ਤਰੀਕਾ ਹੈ ਵਿਜ਼ਟਰ ਵੀਜ਼ਾ। ਜੇਕਰ ਤੁਹਾਡੇ ਕੋਲ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਹੈ, ਤੁਸੀਂ ਇਹਨੂੰ ਪੜ੍ਹਾਈ ਦੇ ਵੀਜ਼ੇ ਵਿੱਚ ਚੇਂਜ ਕਰਾ ਸਕਦੇ ਹੋ। ਜਿਹੜਾ ਵੀ ਸਟੂਡੈਂਟ ਵੀਜ਼ਾ ਚੇਂਜ ਕਰਾਉਂਦਾ ਵਾ, ਉਹਦੇ ਪਤੀ ਜਾਂ ਪਤਨੀ ਨੂੰ ਕੰਮ ਕਰਨ ਦਾ ਅਧਿਕਾਰ ਹੁੰਦਾ ਵਾ। ਜਿਸ ਵੀ ਸ਼ਹਿਰ ਦੇ ਵਿੱਚ ਜਾਣਾ ਚਾਹੁੰਦੇ, ਉੱਥੇ ਤੁਸੀਂ ਕਿਸੇ ਕਾਲਜ ਯੂਨੀਵਰਸਿਟੀ 'ਚ ਦਾਖਲਾ ਲੈ ਕੇ ਆਪਣਾ ਵੀਜ਼ਾ ਚੇਂਜ ਕਰਾ ਸਕਦੇ ਹੋ। ਤੁਹਾਨੂੰ ਵਾਪਸ ਆਉਣ ਦੀ ਕੋਈ ਲੋੜ ਨਹੀਂ ਹੋਏਗੀ। ਆਸਟ੍ਰੇਲੀਆ ਪਰਿਵਾਰ ਸਮੇਤ ਜਾਣ ਦਾ ਸਭ ਤੋਂ ਸੌਖਾ ਤਰੀਕਾ ਕੀ ਹੈ? ਦੋਸਤੋ, ਅੱਜ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਲੋਕ ਜਾਣਾ ਚਾਹੁੰਦੇ ਨੇ। ਹੁੰਦਾ ਕੀ ਹੈ, ਜਦੋਂ ਕੋਈ ਵੀਜ਼ਾ ਅਪਲਾਈ ਕਰਦਾ, ਵੀਜ਼ਾ ਰਿਫਿਊਜ਼ ਹੋ ਜਾਂਦਾ। ਲੋਕ ਜਾਣਨਾ ਚਾਹੁੰਦੇ ਨੇ ਕਿ ਪਰਿਵਾਰ ਸਮੇਤ ਆਸਟ੍ਰੇਲੀਆ ਕਿੱਦਾਂ ਜਾਇਆ ਜਾ ਸਕਦਾ। ਆਸਟ੍ਰੇਲੀਆ ਦੇ ਵਿੱਚ ਜਾਣ ਦਾ ਪਰਿਵਾਰ ਸਮੇਤ ਸਭ ਤੋਂ ਸੌਖਾ ਤਰੀਕਾ ਹੈ ਵਿਜ਼ਟਰ ਵੀਜ਼ਾ। ਇਹ ਟੂਰਿਸਟ ਵੀਜ਼ਾ ਹੁੰਦਾ, ਤੁਸੀਂ ਆਸਟ੍ਰੇਲੀਆ ਘੁੰਮਣ ਜਾਂਦੇ ਹੋ। ਅੱਜ ਜੋ ਆਸਟ੍ਰੇਲੀਆ ਸਰਕਾਰ ਦੇ ਕਾਨੂੰਨ ਨੇ, ਉਹ ਕਾਨੂੰਨ ਕੀ ਕਹਿੰਦੇ ਨੇ ਕਿ ਜੇਕਰ ਤੁਹਾਡੇ ਕੋਲ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਤੁਸੀਂ ਆਸਟ੍ਰੇਲੀਆ ਸੈਰ ਕਰਨ ਚੱਲੇ ਹੋ, ਗਰਮੀਆਂ ਦੀਆਂ ਛੁੱਟੀਆਂ ਚੱਲੇ ਹੋ, ਕ੍ਰਿਸਮਸ 'ਤੇ ਚੱਲੇ ਹੋ, ਜੇਕਰ ਤੁਹਾਡੇ ਕੋਲ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਹੈ, ਤੁਸੀਂ ਇਹਨੂੰ ਪੜ੍ਹਾਈ ਦੇ ਵੀਜ਼ੇ ਵਿੱਚ ਚੇਂਜ ਕਰਾ ਸਕਦੇ ਹੋ। ਤੁਸੀਂ ਇਹਨੂੰ ਕੰਮ ਵਾਲੇ ਵੀਜ਼ੇ ਦੇ ਵਿੱਚ ਵੀ ਚੇਂਜ ਕਰਾ ਸਕਦੇ ਹੋ। ਜਿਹੜਾ ਵੀ ਸਟੂਡੈਂਟ ਵੀਜ਼ਾ ਚੇਂਜ ਕਰਾਉਂਦਾ ਵਾ, ਉਹਦੇ ਪਤੀ ਜਾਂ ਪਤਨੀ ਨੂੰ ਕੰਮ ਕਰਨ ਦਾ ਅਧਿਕਾਰ ਹੁੰਦਾ ਵਾ। ਜਿਹੜੇ ਬੱਚੇ ਹੁੰਦੇ ਉਹ ਡਿਪੈਂਡੈਂਟ ਹੋ ਜਾਂਦੇ ਤੁਹਾਡੇ 'ਤੇ। ਅਤੇ ਜਿਹੜੇ ਲੋਕ ਅੱਜ ਇੱਥੇ ਆਇਲਸ ਨਹੀਂ ਹੋ ਪਾ ਰਹੀ, ਜਿਹਨਾਂ ਲੋਕਾਂ ਕੋਲੋਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਰਿਸ਼ਤੇਦਾਰ ਆਸਟ੍ਰੇਲੀਆ ਨੇ, ਵਿਜ਼ਟਰ ਵੀਜ਼ਾ ਅਪਲਾਈ ਕਰੋ। ਅਸੀਂ ਇਹ ਵੀਜ਼ਾ 50,000 ਰੁਪਏ 'ਚ ਲਵਾਉਂਦੇ ਹਾਂ। 50,000 ਰੁਪਈਏ 'ਚ ਤੁਸੀਂ ਆਸਟ੍ਰੇਲੀਆ ਜਾ ਸਕਦੇ ਜੇ। ਉੱਥੇ ਜਾ ਕੇ ਤੁਸੀਂ 15-20 ਦਿਨ ਮਹੀਨਾ ਰਹੋ, ਸਮਝੋ ਸਾਰੇ ਉੱਥੇ ਦੇ ਕਾਨੂੰਨ। ਤੁਸੀਂ ਮੈਲਬਰਨ 'ਚ ਪੱਕੇ ਹੋਣਾ, ਕੱਲ੍ਹ ਨੂੰ ਤੁਸੀਂ ਸਿਡਨੀ ਜਾਣਾ, ਪਰਥ ਜਾਣਾ, ਐਡੀਲਡ ਜਾਣਾ, ਜਿਸ ਵੀ ਸ਼ਹਿਰ ਦੇ ਵਿੱਚ ਜਾਣਾ ਚਾਹੁੰਦੇ, ਉੱਥੇ ਤੁਸੀਂ ਕਿਸੇ ਕਾਲਜ ਯੂਨੀਵਰਸਿਟੀ 'ਚ ਦਾਖਲਾ ਲੈ ਕੇ ਆਪਣਾ ਵੀਜ਼ਾ ਚੇਂਜ ਕਰਾ ਸਕਦੇ ਹੋ। ਤੁਹਾਨੂੰ ਵਾਪਸ ਆਉਣ ਦੀ ਕੋਈ ਲੋੜ ਨਹੀਂ ਹੋਏਗੀ। ਇਹ ਸਭ ਤੋਂ ਸੌਖਾ ਢੰਗ ਹੈ ਜਿਹਦੇ ਜ਼ਰੀਏ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਪਣੇ ਪਰਿਵਾਰ ਸਮੇਤ ਜਾ ਕੇ ਉੱਥੇ ਰਹਿ ਸਕਦੇ। ਜ਼ਿਆਦਾ ਜਾਣਕਾਰੀ ਲਈ ਤੁਹਾਨੂੰ ਈਮੇਲ ID ਦਿੱਤੀ ਗਈ ਹੈ, ਤੁਹਾਨੂੰ ਫੋਨ ਨੰਬਰ ਦਿੱਤਾ ਗਿਆ ਜਿਹਦੇ ਨਾਲ ਤੁਸੀਂ ਮੇਰੇ ਤੱਕ ਸੰਪਰਕ ਕਰ ਸਕਦੇ ਹੋ। ਤੁਹਾਡਾ ਆਸਟ੍ਰੇਲੀਆ ਦਾ ਵੀਜ਼ਾ ਲੱਗਾ ਹੋਇਆ ਆਲਰੇਡੀ, ਤੁਸੀਂ ਇਹਨੂੰ ਚੇਂਜ ਕਰਾਉਣਾ ਚਾਹੁੰਦੇ ਹੋ, ਤੁਸੀਂ ਫਿਰ ਵੀ ਸਾਡੀ ਮਦਦ ਲੈ ਸਕਦੇ ਹੋ। ਅੱਜ ਪੰਜਾਬ ਦੇ ਲੋਕ ਰੋਜ਼ਗਾਰ ਦੀ ਭਾਲ ਲਈ ਵਿਦੇਸ਼ਾਂ ਦੇ ਵਿੱਚ ਰੁੱਖ ਕਰਦੇ ਪਏ ਨੇ। ਹਰ ਮਾਂ ਬਾਪ ਚਾਹੁੰਦਾ ਕਿ ਉਹਦਾ ਬੱਚਾ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋ ਜਾਵੇ, ਚੰਗੇ ਪੈਸੇ ਕਮਾ ਲਵੇ, ਉੱਥੇ ਦਾ ਨਾਗਰਿਕ ਬਣ ਜਾਵੇ। ਹਰ ਇਨਸਾਨ ਇਸ ਚੀਜ਼ ਵਿੱਚ ਸਫਲ ਨਹੀਂ ਹੁੰਦਾ। ਬਹੁਤ ਸਾਰੇ ਬੱਚੇ ਜਿਹੜੇ ਪੜ੍ਹਨ ਵਾਸਤੇ ਜਾਣਾ ਚਾਹੁੰਦੇ ਨੇ ਬਾਹਰ, ਜਿਨ੍ਹਾਂ ਕੋਲ ਆਇਲਸ ਨਹੀਂ ਹੁੰਦੀ, ਬਹੁਤ ਸਾਰੇ ਲੋਕ ਜਿਨ੍ਹਾਂ ਦੇ ਕੋਲ ਚੰਗੇ ਨੰਬਰ ਨਹੀਂ ਹੁੰਦੇ ਪੜ੍ਹਾਈ 'ਚ, ਬਹੁਤ ਸਾਰੇ ਲੋਕ ਜਿਨ੍ਹਾਂ ਕੋਲ ਪੈਸੇ ਦੀ ਘਾਟ ਹੁੰਦੀ ਹੈ। ਜਦੋਂ ਇੱਦਾਂ ਦੇ ਲੋਕਾਂ ਦੇ ਵੀਜ਼ੇ ਨਹੀਂ ਲੱਗਦੇ, ਉਹ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਆ ਅਤੇ ਫਿਰ ਫਸ ਜਾਂਦੇ ਆ। ਇੱਕ ਸੋਸ਼ਲ ਮੈਸੇਜ ਆ ਤੁਹਾਨੂੰ ਸਾਰੇ ਵੀਰਾਂ ਨੂੰ, ਜਿਹਦਾ ਵੀ ਕੋਈ ਭੈਣ ਭਰਾ ਕਿਸੇ ਤਰੀਕੇ ਨਾਲ ਫਸ ਗਿਆ ਵਾ ਵਿਦੇਸ਼ ਦੇ ਵਿੱਚ, ਕਿਤੇ ਵੀ ਨਹੀਂ ਤੁਹਾਨੂੰ ਸਮਝ ਲੱਗਦੀ ਵੀ ਕਿੱਦਾਂ ਉਹਨੂੰ ਵਾਪਸ ਮੰਗਾਉਣਾ ਵਾ, ਤੁਸੀਂ ਸਾਡੇ ਨਾਲ ਸੰਪਰਕ ਕਰੋ। ਅਸੀਂ ਇਹਨੂੰ ਸੋਸ਼ਲ ਕਾਲ ਲੈਂਦਿਆਂ ਹੋਇਆਂ ਤੁਹਾਨੂੰ ਇਹਦਾ ਹੱਲ ਦੱਸਾਂਗੇ ਕਿ ਕਿੱਦਾਂ ਤੁਸੀਂ ਆਪਣੇ ਫਸੇ ਹੋਏ ਵੀਰ ਨੂੰ, ਭੈਣ ਭਰਾ ਨੂੰ ਵਾਪਸ ਬੁਲਾ ਸਕਦੇ ਹੋ। ਤੁਹਾਡਾ ਵੀਜ਼ਾ ਨਹੀਂ ਲੱਗਦਾ ਪਿਆ, ਤੁਹਾਡੀ ਬਾਹਰ ਜਾਣ ਦੀ ਇੱਛਾ ਵਾ, ਤੁਹਾਡੇ ਬੈਂਡ ਘੱਟ ਨੇ, ਨੰਬਰ ਘੱਟ ਨੇ, ਪੈਸਿਆਂ ਦੀ ਸਮੱਸਿਆ, ਕਿਸੇ ਵੀ ਤਰ੍ਹਾਂ ਦੀ ਬਾਹਰ ਜਾਣ ਸੰਬੰਧੀ ਸਮੱਸਿਆ, ਤੁਸੀਂ ਸਾਡੇ ਨਾਲ ਸੰਪਰਕ ਕਰੋ। ਤੁਹਾਨੂੰ ਦੋ ਰਸਤੇ ਦੇ ਰਿਹਾ। ਇੱਕ ਮੇਰੀ ਈਮੇਲ ID ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਹੈ, meme@vinayhari.com। ਇੱਕ ਤੁਹਾਨੂੰ ਮੇਰਾ ਮੋਬਾਈਲ ਨੰਬਰ ਨਜ਼ਰ ਆ ਰਿਹਾ ਹੋਏਗਾ, ਇਸ ਮੋਬਾਈਲ ਨੰਬਰ 'ਤੇ ਤੁਸੀਂ ਵਟਸਐਪ ਦੇ ਜ਼ਰੀਏ ਵੀ ਆਪਣੀ ਰਿਕੁਐਸਟ ਸੈਂਡ ਕਰ ਸਕਦੇ ਜੀ, ਅਤੇ ਈਮੇਲ ਦੇ ਉੱਤੇ ਤੁਸੀਂ ਆਪਦੇ ਕਾਗਜ਼ ਜਾਂ ਆਪਣੀ ਰਿਕੁਐਸਟ ਸੈਂਡ ਕਰ ਸਕਦੇ ਹੋ। ਇਹ ਦੋਵੇਂ ਚੀਜ਼ਾਂ ਮੈਂ ਆਪ ਐਕਸੈਸ ਕਰਦਾ ਸਾਰੀਆਂ। ਤੁਹਾਡੀ ਵਿਦੇਸ਼ ਜਾਣ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ, ਅਸੀਂ ਉਹਦਾ ਸਲੂਸ਼ਨ ਦਿਆਂਗੇ ਤੁਹਾਨੂੰ।